ਅੱਜ ਦੀ ਜਿਹੜੀ ਸਾਡੀ ਐਗਜ਼ੀਕਿਊਟਿਵ ਕਮੇਟੀ ਦੀ ਇਕੱਤਰਤਾ ਕੀਤੀ ਗਈ ਹੈ, ਉਹਦੇ ਵਿੱਚ ਕੁਝ ਜਿਹੜੇ ਫੈਸਲੇ ਲਏ ਨੇ, ਕੁਝ ਰੂਟੀਨ ਦਾ ਵਰਕ ਸੀ ਜਿਹੜਾ ਕੀਤਾ ਗਿਆ। ਸੋ ਸਭ ਤੋਂ ਜਿਹੜਾ ਜ਼ਰੂਰੀ ਸਾਡਾ ਹੈਗਾ ਉਹ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲਾ ਜਿਹੜੀ ਸ਼ਤਾਬਦੀ 2019 ਦੇ ਵਿੱਚ ਆ ਰਹੀ ਹੈ, ਔਰ ਉਸ ਸ਼ਤਾਬਦੀ ਨੂੰ ਬੜੇ ਵਿਸ਼ਵ ਪੱਧਰ 'ਤੇ ਮਨਾਉਣ ਦੇ ਲਈ ਅਸੀਂ ਜਿਹੜੀਆਂ ਤਿਆਰੀਆਂ ਨੇ ਇਸ ਸਾਲ ਆਰੰਭ ਕਰ ਦੇਣੀਆਂ ਨੇ। ਸੋ ਉਹਦੇ ਲਈ ਜਿੱਥੇ ਅਸੀਂ ਬਹੁਤ ਸਮਾਗਮ ਕਰ ਰਹੇ ਹਾਂ, ਧਰਮ ਪ੍ਰਚਾਰ ਦੀ ਲਹਿਰ ਜਿਹੜੀ ਹੈ ਔਰ ਉਹਨੂੰ ਬੜੇ ਜ਼ਮੀਨੀ ਪੱਧਰ 'ਤੇ ਲੈ ਕੇ ਜਾਵਾਂਗੇ, ਘਰ ਜੇ ਹਰ ਘਰ ਘਰ ਤੱਕ ਪਹੁੰਚਾਉਣ ਦੀ ਸਾਡੀ ਜਿਹੜੀ ਹੈ ਇੱਕ ਵਿਉਤਬੰਦੀ ਅਸੀਂ ਬਣਾਈ ਹੈ। ਕੀ ਹੈ ਇੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਜਿਹੜੇ ਵੀ ਹਰ ਰੋਜ਼ ਕੋਈ ਨਵ ਘਟਨਾਵਾਂ ਐਸੀਆਂ ਵਾਪਰਦੀਆਂ ਨੇ ਸਿੱਖਾਂ ਦੇ ਉੱਤੇ, ਜਿਵੇਂ ਇੱਥੇ ਵੀ ਹੈ, ਔਰ ਉਹ ਇਸ ਤਰ੍ਹਾਂ ਕਿ ਅਸੀਂ ਮਹਿਸੂਸ ਕਰਦੇ ਹਾਂ ਅੱਜ ਦੀ ਕਮੇਟੀ ਕਿ ਸਿੱਖ ਆਗੂਆਂ ਵੱਲੋਂ ਕੀਤੀ ਗਈ ਨੈਤਿਕ ਕਾਰਵਾਈ ਕਾਰਨ ਸਿੱਖ ਕਿਰਦਾਰ ਨੂੰ ਢਾਲ ਲੱਗੀ ਹੈ ਜਿਹੜੀ, ਇਸ ਨਾਲ ਸਿੱਖ ਨੌਜਵਾਨਾਂ ਅਤੇ ਬੱਚਿਆਂ ਦੀ ਮਾਨਸਿਕਤਾ 'ਤੇ ਬੁਰਾ ਅਸਰ ਪਿਆ। ਇਤਿਹਾਸ ਅੰਦਰ ਸਿੱਖਾਂ ਦੇ ਕਿਰਦਾਰ ਦੀ ਮੌਜੂਦਗੀ ਦੀਆਂ ਉਦਾਹਰਨਾਂ ਅਤੇ ਉੱਚ ਨੈਤਿਕ ਗੁਣਾਂ ਕਾਰਨ ਪੂਰੀ ਦੁਨੀਆ ਅੰਦਰ ਸਿੱਖਾਂ ਦੀ ਵਿਲੱਖਣ ਸ਼ਾਨ ਸਥਾਪਿਤ ਹੋਈ ਸੀ, ਪਰੰਤੂ ਵਾਪਰੀਆਂ ਘਟਨਾਵਾਂ ਨੇ ਸਮੁੱਚੀ ਕੌਮ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅੱਜ ਦੀ ਇਕੱਤਰਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਸਿੱਖ ਕਿਰਦਾਰ ਨੂੰ ਪਹਿਲਾਂ ਦੀ ਤਰ੍ਹਾਂ ਚਰਮ ਸੀਮਾ 'ਤੇ ਪਹੁੰਚਾਉਣ ਲਈ ਯਤਨ ਕੀਤੇ ਜਾਣ ਅਤੇ ਸਿੱਖ ਕਿਰਦਾਰ ਨੂੰ ਢਾਲ ਲਾਉਣ ਵਾਲੇ ਲੋਕਾਂ ਵਿਰੁੱਧ ਬਣਦੀ ਕੋਈ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਵੇ। ਬਿਲਕੁਲ, ਅਸੀਂ ਚਾਹੁੰਦੇ ਹਾਂ ਵੀ ਜੇ ਢਾਲ ਲੱਗਦੀ ਹੈ, ਕੋਈ ਵੀ ਸਿੱਖ ਸਰੂਪ ਵਾਲਾ ਇਨਸਾਨ ਹੈ ਜੋ ਐਸੀ ਮਾੜੀਆਂ ਹਰਕਤਾਂ ਕਰਦਾ ਹੈ ਉਹਦਾ ਪ੍ਰਭਾਵ ਗਲਤ ਪੈਂਦਾ ਹੈਗਾ। ਕੋਈ ਵੀ ਕਰਦਾ, ਕੋਈ ਵੀ ਕਰੇ, ਸਾਰਿਆਂ ਵਾਸਤੇ ਹੀ ਹੈ। ਗਾਹਾਂ ਨੂੰ ਵੀ ਜੇ ਕੋਈ ਕਰੇਗਾ ਫਿਰ ਵੀ ਅਸੀਂ ਕਹਿੰਦੇ ਬਿਲਕੁਲ ਮਿਲਣੀ ਚਾਹੀਦੀ ਹੈ। ਚਲੋ ਜੀ, ਸਾਲ ਤੋਂ ਹੁਣ ਤੇ ਮਿਲਣੀ ਚਾਹੀਦੀ ਹੈ।